ਵਾਸਤੇ ਪਿੰਡ ਵਿਕਾਸ ਦੀ ਝਲਕ ਵੇਖਣ 'ਚ ਲੇਟ ਹੋ ਜਾਣ ਇਹ ਤਾਂ ਫਿਰ ਵੀ ਸਮਝ ਆਉਂਦਾ ਹੈ। ਪਰ ਮੋਹਾਲੀ ਵਰਗੇ ਸ਼ਹਿਰ ਦੀ ਜੂ ਤੇ ਮੌਜੂਦ ਪਿੰਡ ਬੁਨਿਆਦੀ ਸਹੂਲਤਾਂ ਨੂੰ ਤਰਸੇ, ਇਸ ਲਈ ਭਲਾ ਕੌਣ ਜ਼ਿੰਮੇਵਾਰ ਹੋਏਗਾ? ਤੇ ਪਿੰਡ ਵੀ ਉਹ ਜਿਹੜਾ ਸਾਂਸਦ ਸਾਹਿਬ ਦੇ ਵੱਲੋਂ ਗੋਦ ਲਿਆ ਹੋਵੇ। ਤਾਂ ਸੁਣੋ ਸਰਪੰਚ ਸਾਹਿਬ ਦੀ ਗੱਲ ਮੋਹਾਲੀ ਦੇ ਪਿੰਡ ਦੌਂ ਦੀ, ਜਿਸ ਨੂੰ ਵੀ ਸਾਂਸਦ ਸਾਹਿਬ ਦੇ ਵੱਲੋਂ ਗੋਦ ਤਾਂ ਲਿਆ ਗਿਆ ਪਰ ਕੋਈ ਸਾਰ ਨਹੀਂ ਲਈ ਗਈ। ਦੈਨਿਕ ਸਵੇਰਾ ਟੀਵੀ ਵੱਲੋਂ ਪੇਸ਼ ਕੀਤੀ ਜਾ ਰਹੀ ਖਾਸ ਸੀਰੀਜ਼ ਸੁਣੋ ਸਰਪੰਚ ਸਾਹਿਬ ਦਾ ਕਾਰਵਾ ਅੱਜ ਪਹੁੰਚਿਆ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਪਿੰਡ ਦਾਊ ਦਾ। ਇਹ ਪਿੰਡ ਕਾਫੀ ਇਤਿਹਾਸਕ ਪਿੰਡ ਹੈ ਤੇ ਇੱਥੇ ਹਰ ਹਫ਼ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡਾ ਮੇਲਾ ਲੱਗਦਾ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਅਕਾਲੀ ਦਲ ਤੋਂ ਸਾਂਸਦ ਹੈ, ਉਹਨਾਂ ਵੱਲੋਂ ਇਸ ਪਿੰਡ ਨੂੰ ਗੋਦ ਲਿਆ ਗਿਆ ਹੈ। ਲੇਕਿਨ ਇਸ ਪਿੰਡ ਦੀ ਜਿਹੜੀ ਹਾਲਤ ਹੈ ਉਹ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਪਿੰਡ ਜਿਹੜਾ ਹੈ ਨੈਸ਼ਨਲ ਹਾਈਵੇ 21 ਦੇ ਬਿਲਕੁਲ ਨਾਲ ਲੱਗਦਾ ਹੈ। ਇੱਕ ਪਾਸੇ ਪਿੰਡ ਦੇ ਵੱਡੇ ਵੱਡੇ ਮੌਲਸ ਹੈ ਅਤੇ ਦੂਜੇ ਪਾਸੇ ਪਿੰਡ ਦੀ ਕੀ ਹਾਲਤ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ। ਪਿੰਡ ਤੋਂ ਨਿਕਲੀ ਇੱਕ ਸੜਕ ਹੀ ਉਸਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ। ਪਰ ਇਹ ਪਿੰਡ ਤਾਂ ਹਾਈਵੇ ਦੇ ਬਿਲਕੁਲ ਨਜ਼ਦੀਕ ਹੋ ਕੇ ਵੀ ਵਿਕਾਸ ਤੋਂ ਕੋਹਾਂ ਦੂਰ ਜਾਪਦਾ ਹੈ। ਪਿੰਡ ਦੀ ਫਿਰਨੀ ਤੋਂ ਲੈ ਕੇ ਲੋਕਾਂ ਦੇ ਘਰਾਂ ਦੇ ਬਾਹਰ ਤੱਕ ਹਰ ਪਾਸੇ ਬਲੌਕ ਹੋਈਆਂ ਨਾਲੀਆਂ ਤੇ ਰਾਹਾਂ 'ਚ ਖੜਾ ਗੰਦਾ ਪਾਣੀ ਹੀ ਤੁਹਾਡਾ ਸਵਾਗਤ ਕਰਦਾ ਹੈ। ਅਸੀਂ ਪਹੁੰਚ ਚੁੱਕੇ ਹਾਂ ਪਿੰਡ ਦੇ ਬਿਲਕੁਲ ਵਿੱਚੋਂ ਵਿੱਚ। ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵਿੱਚ ਹੀ ਕੁਛ ਇਸੇ ਤਰੀਕੇ ਦੇ ਹਾਲਾਤ ਹੈਗੇ, ਜਿੱਥੇ ਸੜਕਾਂ 'ਤੇ ਪਾਣੀ ਇਸ ਤਰ੍ਹਾਂ ਹੀ ਇਕੱਠਾ ਹੋਇਆ ਪਿਆ। ਸੜਕਾਂ ਤੋਂ ਲੰਘਣਾ ਵੀ ਸਾਰੇ ਲਈ ਕਾਫੀ ਔਖਾ ਹੋਇਆ ਪਿਆ। ਛੋਟੇ ਛੋਟੇ ਬੱਚੇ, ਇਹਨਾਂ ਲਈ ਬਾਹਰ ਨਿਕਲਣਾ ਕਾਫੀ ਔਖਾ ਹੋਇਆ ਪਿਆ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਕੋਈ ਵੀ ਇੱਥੇ ਜਿਹੜੀ ਨਿਕਾਸੀ ਦੀ ਉਹ ਹੈਗੀ ਹੈ। ਹਾਲਾਂਕਿ ਇਹ ਹਰ ਪਿੰਡ ਦਾ ਹੀ ਹਾਲ ਹੈ, ਲੇਕਿਨ ਇੱਥੇ ਇਸ ਪਿੰਡ ਦੀ ਸਮੱਸਿਆ ਕੁਝ ਜ਼ਿਆਦਾ ਹੀ ਹੈਗੀ। ਘਰਾਂ ਦੇ ਵਿੱਚ ਜਿਹੜਾ ਪਾਣੀ ਇਹਨਾਂ ਦਾ ਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਫੀ ਜਿਹੜਾ ਇੱਥੇ ਪਾਣੀ ਦੀ ਸਮੱਸਿਆ ਦੇ ਕਾਰਨ ਕਈ ਲੋਕ ਵੀ ਇੱਥੇ ਬਿਮਾਰ ਪਏ ਨੇ ਕਿਉਂਕਿ ਇੱਥੇ ਕੋਈ ਵੀ ਜਿਹੜੀ ਨਿਕਾਸੀ ਦੀ ਜਿਹੜੀ ਹੈ ਉਹ ਪਾਈਪ ਨਹੀਂ ਪਈ ਹੋਈ। ਸਾਡੇ ਨਾਲ ਕੁਝ ਲੋਕ ਇਹਨਾਂ ਨਾਲ ਗੱਲ ਕਰਦੇ ਆ। ਪਾਣੀ ਬਹੁਤ ਜ਼ਿਆਦਾ ਆ ਜਾਂਦਾ ਜੀ ਇੱਥੇ, ਜਦੋਂ ਬਰਸਾਤ ਹੁੰਦੀ ਹੈ ਜੀ ਲੰਘਣਾ ਬਹੁਤ ਮੁਸ਼ਕਲ ਹੁੰਦਾ। ਪੂਰੇ ਮੁਹੱਲੇ ਵਾਲਿਆਂ ਦੀ ਦਿੱਕਤ ਹੈ ਜੀ ਪਾਣੀ ਦੀ, ਇਹ ਕਿਉਂਕਿ ਜਦੋਂ ਇਹ ਪਾਣੀ ਭਰਦਾ ਜੀ ਉਹ ਮੀਟਰ ਦਾ ਬਕਸਾ ਲੱਗਿਆ ਹੋਇਆ ਜੀ, ਉਹ ਮੀਟਰਾਂ ਦੇ ਬਕਸੇ 'ਤੇ ਪਾਣੀ ਪਹੁੰਚ ਜਾਂਦਾ ਜੀ। ਬਿਮਾਰੀਆਂ ਬਹੁਤ ਜ਼ਿਆਦਾ ਫੈਲ ਜਾਂਦੀਆਂ, ਡੇਂਗੂ ਵੀ ਹੋ ਲਿਆ, ਮੈਨੂੰ ਖੁਦ ਨੂੰ ਡੇਂਗੂ ਹੋ ਲਿਆ ਜੀ ਕਿਉਂਕਿ ਇਹ ਪਾਣੀ ਕਰਕੇ ਹੀ ਹੋਇਆ ਸੀਗਾ ਜੀ ਪਹਿਲਾਂ ਮੈਨੂੰ। ਮੈਂ PGI ਦੇ ਵਿੱਚ ਦਾਖਲ ਵੀ ਰਹਿ ਚੁੱਕਿਆ ਜੀ। ਸਾਰਾ ਭਰਿਆ ਵਾ ਉੱਥੇ ਤੱਕ, ਬਹੁਤ ਔਖੀ ਹੈ ਜੀ ਸਾਨੂੰ। ਬੱਚੇ ਸਾਰੇ ਹਮੇਸ਼ਾ ਅੰਦਰੇ ਰਹਿੰਦੇ ਆ, ਬੱਚੇ ਕੁੰਡੇ ਲਾ ਲਾ ਕੇ ਰੱਖਦੇ ਆ, ਦੱਸੋ ਪਾਣੀ 'ਚ ਗਿੱਜ ਪਏ ਉਰੇ ਹੈਂ। ਸਾਨੂੰ ਬੜੇ ਪਰੇਸ਼ਾਨੀ ਹੈ ਜੀ, ਇਹਦਾ ਪਾਣੀ ਦਾ ਕੋਈ ਹੱਲ ਕਰਿਆ ਜਾਵੇ। ਅੱਧੇ ਪਿੰਡ 'ਚ ਪਾਣੀ ਆਉਂਦਾ ਨਹੀਂ ਤੇ ਅੱਧੇ 'ਚ ਵਰਤੇ ਪਾਣੀ ਦੇ ਨਿਕਲਣ ਦਾ ਕੋਈ ਰਾਹ ਨਹੀਂ। ਇਸ ਕਾਰਨ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਬੇਹਾਲ ਹੈ। ਅਸੀਂ ਮੌਜੂਦ ਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦੇ ਦਾਊ ਪਿੰਡ, ਜਿਹੜਾ ਕਿ ਪਿੰਡ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਅਕਾਲੀ ਸਾਂਸਦ ਆ ਉਹਨਾਂ ਵੱਲੋਂ ਗੋਦ ਲਿੱਤਾ ਗਿਆ ਹੈ। ਲੇਕਿਨ ਪਿੰਡ ਦੀ ਜਿਹੜੀ ਅਸੀਂ ਹਾਲਤ ਦੇਖੀ ਹੈ ਉਸ ਤੋਂ ਬਿਲਕੁਲ ਵੀ ਨਹੀਂ ਲੱਗਦਾ ਕਿ ਇਹ ਪਿੰਡ ਨੂੰ ਗੋਦ ਲਿਆ ਹੋਏਗਾ ਕਿਉਂਕਿ ਇੱਥੇ ਦੀ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹ ਲੋਕਾਂ ਨੂੰ ਉਸ ਤੋਂ ਪਰੇਸ਼ਾਨੀ ਹੋ ਰਹੀ ਹੈ। ਸਾਡੇ ਨਾਲ ਪਿੰਡ ਦੇ ਕੁਝ ਲੋਕ ਇਹਨਾਂ ਨਾਲ ਗੱਲਬਾਤ ਕਰਦੇ ਹਨ ਕਿ ਇਹਨਾਂ ਨੂੰ ਸਭ ਤੋਂ ਵੱਡੀ ਕੀ ਦਿੱਕਤਾਂ ਦਾ ਸਾਹਮਣਾ। ਅਸੀਂ ਸਾਨੂੰ ਸਮੱਸਿਆ ਆਈ ਹੈ ਜੀ ਵੀ ਪਾਣੀ ਪ੍ਰੋਬਲਮ ਆ, ਪਾਣੀ ਨਹੀਂ ਆਉਂਦਾ ਹੈਗਾ ਵੀ, ਬਹੁਤ ਬੁਰਾ ਹਾਲ ਹੈ ਸਾਡਾ ਜੀ ਵੀ। ਅਸੀਂ ਇੰਨੇ ਇੰਨੇ ਦਿਨ ਬਿਜਲੀ ਫੁੱਕ ਗਈ ਵੀ ਸਾਡੇ ਬਿਜਲੀ ਵੀ ਇੰਨੇ ਆ ਜਾਂਦਾ ਸਾਡਾ ਜੀ ਵੀ, ਹੁਣ ਬਸ ਤੁਸੀਂ ਪਾਣੀ ਦਾ ਸਾਡਾ ਹੱਲ ਕਰੋ ਜੀ ਹੁਣ। ਤੇ ਪਾਣੀ ਦੀ ਸਮੱਸਿਆ ਮਤਲਬ ਪੂਰੇ ਪਿੰਡ ਦੇ ਵਿੱਚ ਹੈ ਕਿ ਕੁਛ ਪਾਰਟਿਕੂਲਰ ਕੁਛ ਏਰੀਆ? ਗਲੀ 'ਚ ਨਹੀਂ ਪਾਣੀ ਆਉਂਦਾ ਜੀ। ਹਾਂਜੀ, ਅਸੀਂ ਕਦੇ ਕਿਤੋਂ ਤੋਂ ਲੈ ਕੇ ਆਉਂਦੇ, ਕਦੇ ਕਿਤੋਂ ਤੋਂ ਜੀ, ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਪਾਣੀ ਦੀ ਇੱਥੇ। ਕਦੀ ਕੁਛ ਤੁਸੀਂ ਇਹਦੇ ਬਾਰੇ ਲਿਖ ਕੇ ਨਹੀਂ ਦਿੱਤਾ ਕਦੀ? ਨਹੀਂ ਜੀ, ਐਪਲੀਕੇਸ਼ਨ ਦੇਈ ਹੈ ਜੀ, ਦੋ ਤਿੰਨ ਵਾਰੀ ਐਪਲੀਕੇਸ਼ਨ ਵੀ ਦੇ ਲਈ ਜੀ, ਤੇ ਕਹਿੰਦੇ ਦਫ਼ਤਰ 'ਚ ਆਓ, ਦਫ਼ਤਰ 'ਚ ਵੀ ਕੋਈ ਕੁਛ ਨਹੀਂ ਕਰਦਾ ਹੈਗਾ ਜੀ। ਪਿੰਡ ਵਾਲੇ ਦੱਸਦੇ ਨੇ ਕਿ ਪਿੰਡ ਦੇ ਟੋਬੇ ਦੀ ਕਦੇ ਸਫਾਈ ਨਹੀਂ ਹੋਈ, ਜੋ ਹੁਣ ਝਾੜੀਆਂ ਤੇ ਕੂੜੇ ਕਰਕਟ ਦੇ ਹਵਾਲੇ ਹੈ, ਤੇ ਬਰਸਾਤਾਂ 'ਚ ਇੱਥੋਂ ਨਿਕਲਣ ਵਾਲੇ ਸੱਪ ਤੇ ਹੋਰ ਪਤਾ ਨਹੀਂ ਕੀ ਕੀ ਲੋਕਾਂ ਦੀ ਜਾਨ ਦੇ ਦੁਸ਼ਮਣ ਅਲੱਗ ਬਣ ਬੈਠੇ ਨੇ।
इस इतिहासिक पिंड दे विच जिहड़ी सब तो वड्डी समस्या लोकां नूं झेलण नूं मिलदी है वह हैगी है इस पिंड दा जिहड़ा टोबा, यानी टोबे दे विच जिथे हर पिंड दे विच पानी उत्थे स्टोर करके रख्या जांदा, लेकिन तुसीं इह देख सकदे हो कि यह दाऊ पिंड दा जिहड़ा टोबा है यह किस सिक्के की हकीकत बयां कर रहा है, क्योंकि इत्थे पानी तो हैगा लेकिन वह दलदल एक तरीके नाल बन चुकिया है। तुसीं साफ देख सकदे हो कि इत्थे किस सिक्के नाल उहदे विच जिहड़े बूटे उग चुके ने, कदी भी इस टोबे की हुण सफाई है वह नहीं कराई गई है, काफ़ी साल तो इत्थे जिहड़ी है सफाई नहीं हुई है, लगातार इत्थे जिहड़े सप्पा दा बाहर निकलना वह लोगों नूं जिहड़ा मुश्किल भरिया उन्हां लई हो सकता हो जाता है। तो इत्थे कई बार दस्सिया गया है कि कई बंदे भी इत्थे इहदे विच गिर चुके ने, क्योंकि कोई साफ सफाई नहीं हैगी इत्थे। तुसीं साफ देख सकते हो कि इत्थे पूरा जिहड़ा गंद है पिंड दा वह भी इत्थे ही जिहड़ा सुट्टिया जाता है, कोई साफ सफाई नहीं किसी तरीके की हुई। साडे कुछ इत्थे दे वसनीकां नाल गल करदे हां, टोबा हैगा हाँ जी, लेकिन देखण नूं तो टोबा नहीं लग रहा। नहीं, हुण तां देखण नूं टोबा लगता जी, ਪਹਿਲਾਂ ਟੋਬਾ ਆਉਂਦਾ ਸੀ ਪਾਣੀ ਨਿਕਲਦਾ ਰਹਿੰਦਾ ਸਾਫ਼ ਹੁੰਦਾ ਸੀ, ਹੁਣ ਜਿੱਦਾਂ ਦਾ ਕਚਰਾ ਲੱਗ ਗਿਆ ਪਿਆਣੇ ਦੇ 'ਚ ਹੁਣ ਉਦੋਂ ਦਾ ਗੰਦ ਪੈ ਗਿਆ, ਸੱਪ ਇੰਨੇ ਨਿਕਲਦੇ ਜੀ, ਪੁੱਛੋ ਇਹਨਾਂ 'ਤੇ ਲੋਕ ਸਾਰੇ ਤੰਗ ਹੋਏ ਹੋਏ ਆ ਜੀ। ਸਾਨੂੰ ਤਾਂ ਇੰਨੀ ਮੁਸ਼ਕਿਲ ਹੈ ਜੀ, ਅਸੀਂ ਤਾਂ ਬੱਚਿਆਂ ਨੂੰ ਬੜੇ ਸੰਭਾਲ ਕੇ ਰੱਖਦੇ ਹਾਂ, ਅਸੀਂ ਪਸ਼ੂ ਰੱਖੇ ਵੀ ਉਹਨਾਂ ਨੂੰ ਆਪਣੀ ਜਾਲੀ ਲਾਈ ਹੋਈ ਹੈ ਜੀ, ਵੀ ਕੋਈ ਸਾਡਾ ਜਾਨਵਰ ਕ੍ਰੋਸ ਨਾ ਕਰ ਜਾਵੇ। ਇੱਕ ਇੱਦਾਂ ਜੀ ਇੱਥੇ ਗਾਂ ਸੀਗੀ ਜੀ 12 ਜੀ, ਉਹ ਵਿੱਚ ਗਿਰ ਗਈ, ਉਹ ਪੈਰਾਲਾਈਜ਼ ਹੋ ਗਿਆ ਜੀ ਉਹਨੂੰ, ਉਹ ਫਿਰ 15 ਦਿਨ ਪਈ ਰਹੀ ਸੀ, ਉਹਦੀ ਸੇਵਾ ਕਰੀ ਵਿਚਾਰੀ ਮਰ ਗਈ ਜੀ, ਕਿਉਂਕਿ ਇਹਦੇ ਦਲਦਲ ਇੰਨੀ ਬਣੀ ਹੋਈ, ਬੰਦਾ ਇਹਦਾ ਨਿਕਲ ਨਹੀਂ ਸਕਦਾ, ਜਾਨਵਰ ਨੇ ਕੀ ਨਿਕਲਣਾ, ਜੋ ਜਾਨਵਰ ਨੇ ਨਿਕਲ ਸਕਦਾ ਬੰਦੇ ਨੇ ਕੀ ਨਿਕਲਣਾ ਜੀ। ਪਰੇਸ਼ਾਨੀਆਂ ਦਾ ਸਿਲਸਿਲਾ ਇੱਥੇ ਹੀ ਨਹੀਂ ਮੁੱਕਦਾ, ਪਿੰਡ ਦਾ ਸਕੂਲ ਤੇ ਪਿੰਡ ਦੇ ਰਾਹ ਵੀ ਇਹਨਾਂ ਨੂੰ ਅੱਗੇ ਵਧਣ ਨਹੀਂ ਦਿੰਦੇ, ਤੇ ਸਿਹਤ ਸੁਵਿਧਾਵਾਂ ਦਾ ਕੀ ਹਾਲ ਹੈ ਇਸ ਦਾ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਇੱਥੇ ਕੁਝ ਮੈਡੀਕਲ ਫੈਸਿਲਿਟੀਆਂ ਮਿਲਦੀਆਂ ਪਿੰਡ ਦੇ? ਹਾਂਜੀ, ਮੈਡੀਕਲ ਫੈਸਿਲਿਟੀ ਤਾਂ ਮਿਲਦੀ ਹੈ, ਪਰ ਜਿਹੜੀ ਡਿਸਪੈਂਸਰੀ ਦੀ ਬਿਲਡਿੰਗ ਹੈ ਨਾ ਜੀ, ਉਹ ਬਹੁਤ ਜ਼ਿਆਦਾ ਖਰਾਬ ਹੈ। ਪਿਛਲੇ ਹਫ਼ਤੇ ਹੀ ਜਦ ਮੀਂਹ ਆਇਆ ਸਾਰਾ ਬਿਲਡਿੰਗ ਦੇ ਅੰਦਰ ਪਿਆ ਮੀਂਹ, ਦੇਖੋ ਤੁਸੀਂ। ਅਸੀਂ ਪੇਸ਼ੈਂਟ ਨੂੰ ਵੀ ਸਾਈਡ ਪਰ ਬਿਠਾ ਕੇ ਦੀਵਾਰਾਂ ਦੇ ਕੋਲ ਕੋਲ ਟੀਕੇ ਲਗਾਏ ਉਹਨਾਂ ਦੇ, ਮੈਂ ਕੀ ਆਸ਼ਾ ਵਰਕਰ ਹਾਂ ਜੀ। ਹਾਂਜੀ, ਅਤੇ ਅਸੀਂ ਚਾਹੁੰਦੇ ਵੀ ਜਾਂ ਤਾਂ ਸਾਡੀ ਬਿਲਡਿੰਗ ਦੀ ਰਿਪੇਅਰ ਹੋਵੇ ਉੱਥੇ, ਜਾਂ ਸਾਨੂੰ ਸ਼ਿਫਟ ਕਰਿਆ। ਬਿਲਕੁਲ, ਤੁਸੀਂ ਸੁਣਿਆ ਹੈ ਪਿੰਡ ਦੇ ਵਸਨੀਕਾਂ ਤੋਂ ਇਹ ਸਾਫ਼ ਦੱਸ ਰਹੇ ਹਨ ਕਿ ਕਿਵੇਂ ਇੱਥੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਸਮੱਸਿਆ ਇਹਨਾਂ ਨੂੰ ਝੱਲਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਪਿੰਡ ਦੀ ਨੁਹਾਰ ਕਾਫ਼ੀ ਚੰਗੀ ਹੋ ਸਕਦੀ ਸੀ ਕਿ ਅਗਰ ਇਹਦੇ ਉੱਤੇ ਧਿਆਨ ਦਿੱਤਾ ਗਿਆ ਹੁੰਦਾ, ਲੇਕਿਨ ਸਾਂਸਦ ਸਾਹਿਬ ਵੱਲੋਂ ਇਸ ਪਿੰਡ ਨੂੰ ਗੋਦ ਲਿੱਤਾ ਗਿਆ, ਲੇਕਿਨ ਉਹਦੇ ਬਾਵਜੂਦ ਇਸ ਪਿੰਡ ਦੀ ਜਿਹੜੀ ਹੈ ਹਾਲਤ ਉਹ ਦਿਨ ਬ ਦਿਨ ਜਿਹੜੀ ਹੈ ਬਦਤਰ ਹੁੰਦੀ ਜਾ ਰਹੀ ਹੈ। ਚੰਡੀਗੜ੍ਹ ਤੋਂ ਸਭ ਤੋਂ ਨਾਲ ਲੱਗਦਾ ਇਸ ਪਿੰਡ ਦੀ ਜਿਹੜੀ ਹਾਲਤ ਹੈ, ਉਸ ਤੋਂ ਸਾਫ਼ ਲੱਗ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਚੋਣਾਂ ਹੈਗੀਆਂ ਉਹਦੇ ਵਿੱਚ ਪਿੰਡ ਦੀ ਨੁਹਾਰ ਜ਼ਰੂਰ ਬਦਲੇਗੀ, ਅਤੇ ਲੋਕ ਵੀ ਇਹੀ ਚਾਹੁੰਦੇ ਕਿ ਜਿਹੜੀ ਇਹ ਨਵਾਂ ਸਰਪੰਚ ਚੁਣਿਆ ਜਾਏ ਉਹ ਵੀ ਇਹ ਜਿਹੜੇ ਪਿੰਡ ਦੇ ਵਿਕਾਸ ਦੇ ਉੱਤੇ ਤੇ ਹੀ ਧਿਆਨ ਦੇਵੇ। ਪਿੰਡ ਦਾਊ ਤੋਂ ਕੈਮਰਾਮੈਨ ਆਦਿਤ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।